जिंदाबाद। केशाही नहीं चलेगी, केशाही नहीं चलेगी। आज मजदूर एकता जिंदाबाद। सेंट्रल सरकार मुर्दाबाद। सेंट्रल सरकार मुर्दाबाद। सेंट्रल सरकार मुर्दाबाद। आज मजदूर एकता जिंदाबाद। पीली वोट मुर्दाबाद। पीली वोट मुर्दाबाद। पंजाब भारतीय किसान बिजली संगठन विभाग द्वारा लगाए जा रहे स्मार्ट मीटरां दा विरोध कर रहे हुशियारपुर ब्लॉक टांडा उनमुड़ दे पिंड जोड़ा के बाबा कामदास गुरुद्वारा साहब विच बिजली विभाग द्वारा लगाए स्मार्ट मीटरां नूं दुआबा किसान संघर्ष कमेटी दे प्रदेश अध्यक्ष जंगवीर सिंह चौहान ने उतार दिता है। उते बाबा कामदास गुरुद्वारा साहब दे अध्यक्ष सुखवीर सिंह ने कहा कि इस प्रीपेड मीटर दे बारे गुरुद्वारा साहब दी प्रबंधक कमेटी नूं बिना सूचित कीते बिजली विभाग ने यह मीटर गुरुद्वारा साहब दे बाहर लगे बिजली दे खंभे ते लगा दिते। उते दुआबा किसान संघर्ष कमेटी दे प्रदेश अध्यक्ष जंगवीर सिंह चौहान ने कहा कि बिजली स्मार्ट मीटर के नाम से जो प्रीपेड मीटर लगा रहे ने उस विच कैमरा लगा होया। प्रधान जी गुरुद्वारा साहब दे विच एक जेड़ा डिजिटल मीटर जिन्हें स्मार्ट मीटर लगा है कि गुरुद्वारा प्रबंधक कमेटी दे कहन दे ते लगा कि नहीं साडे कहन ते नहीं लगा जी, ना साडे कोई पेपर साइन कराया ना सानू कोई इनफॉर्मेशन दित्ती उन्होंने, ਤੇ ਅਸੀਂ ਤਾਂ ਕੱਲ੍ਹ ਇਹਨੇ ਚੈੱਕ ਕੀਤਾ ਕੁਦਰਤੀ ਪਿੱਛੇ ਬਿਜਲੀ ਦੀ ਖਰਾਬੀ ਸੀ ਕੋਈ, ਤੇ ਮੀਟਰ ਜਿਹੜਾ ਹੈ ਦੇਖਿਆ ਇਹਦੇ ਵਿੱਚ ਤਾਂ ਥੱਲੇ ਵਾਈਫਾਈ ਦਾ ਐਂਟੀਨਾ ਵੀ ਆ, ਹੋਰ ਆਈ ਐਮ ਈ ਆਈ ਨੰਬਰ ਵੀ ਵਗੈਰਾ, ਫਿਰ ਅਸੀਂ ਇਹਦੇ ਬਾਰੇ ਜਿਹੜਾ ਮੁੱਦਾ ਚੁੱਕਿਆ ਹੈਗਾ। ਕੀ ਕਹਿਣਾ ਚਾਹੁੰਦੇ ਤੁਸੀਂ? ਕੁਛ ਨਹੀਂ ਕਹਿਣਾ ਚਾਹੁੰਦੇ, ਬੰਦ ਸਿਸਟਮ ਬੰਦ ਹੋਣਾ ਚਾਹੀਦਾ, ਜਿਹੜਾ ਸਾਡਾ ਪਹਿਲਾ ਮੀਟਰ ਜਿੱਦਾਂ ਸੀਗਾ ਉੱਦਾਂ ਉਹ ਮੀਟਰ ਲੱਗਣੇ ਚਾਹੀਦੇ ਆ, ਕਿਉਂ ਕੋਈ ਵੀ ਬੰਦਾ ਯੋਗ ਹੈ ਨਹੀਂ ਇੰਨਾ, ਤੇ ਗੁਰਦੁਆਰਾ ਸਾਹਿਬ ਦਾ ਵੀ ਬਿੱਲ ਤਾਂ ਸਾਡਾ ਆਉਂਦਾ ਬਹੁਤ ਜ਼ਿਆਦਾ ਆਉਂਦਾ ਆ, ਪਰ ਕੋਈ ਇੰਨਾ ਆਰਥਿਕ ਪੱਖੋਂ ਇੰਨੇ ਮਜ਼ਬੂਤ ਨਹੀਂ ਹੈਗੇ ਲੋਕ ਕਿ ਜਿਹੜਾ ਪ੍ਰੀਪੇਡ ਵਾਲਾ ਬੋਝ ਚੱਲ ਸਕਣਗੇ। ਚੰਦ ਜੋੜੇ ਦੇ ਵਿੱਚੋਂ ਅੱਜ ਮੀਟਰ ਉਤਾਰਿਆ ਗਿਆ ਹੈ, ਕਈ ਵਾਰੀ ਚੇਤਾਵਨੀ ਦਿੱਤੀ ਗਈ ਆ ਵੀ ਇਹਨਾਂ ਨੂੰ ਬਿਜਲੀ ਬੋਰਡ ਵਾਲਿਆਂ ਨੇ ਵੀ ਤੁਸੀਂ ਮੀਟਰ ਨਹੀਂ ਲਗਾਉਣੇ, ਫਿਰ ਵੀ ਇਹ ਕੁਝ ਚਾਲਾਂ ਤਿਆਰ ਹੈ, ਕੀ ਕਹਿਣਾ ਚਾਹੁੰਦੀ ਤੁਹਾਡੀ ਜਥੇਬੰਦੀ? ਦੇਖੋ ਸਾਡੇ ਜਥੇਬੰਦੀ ਨੇ ਪਹਿਲੇ ਦਿਨ ਤੋਂ ਇਹਨਾਂ ਦਾ ਵਿਰੋਧ ਕੀਤਾ ਮੀਟਰਾਂ ਦਾ, ਔਰ ਕਿਹਾ ਸੀ ਕਿ ਮੀਟਰ ਅਸੀਂ ਲੱਗਣ ਵੀ ਨਹੀਂ ਦੇਵਾਂਗੇ, ਜੇ ਲੱਗੇ ਆ ਤਾਂ ਉਹਨਾਂ ਨੂੰ ਪਟਾਵਾਂਗੇ। ਔਰ ਐਸ ਸੀ ਸਾਹਿਬ ਨਾਲ ਡੀ ਸੀ ਸਾਹਿਬ ਨਾਲ ਪਿਛਲੇ ਦਿਨੀ ਗੱਲ ਸਾਡੀ ਹੋਈ ਸੀ, ਮੰਗ ਪੱਤਰ ਵੀ ਦਿੱਤਾ ਸੀ, ਪਰ ਉਹਨਾਂ ਨੇ ਗੱਲ ਮੰਨ ਵੀ ਲਈ ਸੀ ਕਿ ਅਗਾਂਹ ਤੋਂ ਮੀਟਰ ਨਹੀਂ ਲੱਗਣਗੇ। ਪਰ ਜੋੜੇ ਪਿੰਡ ਦੇ ਵਿੱਚ ਬਿਨਾਂ ਕਮੇਟੀ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਬਣੀ ਆ ਉਹਨਾਂ ਨੂੰ ਬਿਨਾਂ ਪੁੱਛੇ ਦੱਸਿਓ ਇਹ ਮੀਟਰ ਲਾ ਕੇ ਇੱਥੋਂ ਚਲੇ ਗਏ। ਕਰਦੇ ਵੀ ਇਸੇ ਤਰ੍ਹਾਂ ਆ, ਹਰੇਕ ਪਿੰਡ ਜਾਂ ਸ਼ਹਿਰ ਦੇ ਵਿੱਚ ਜਦੋਂ ਵੀ ਜਾਂਦੇ ਆ ਬਿਨਾਂ ਦੱਸਿਓ ਮੀਟਰ ਲਾ ਦਿੰਦੇ ਆ, ਔਰ ਮੀਟਰ ਲੱਗਣ ਤੋਂ ਬਾਅਦ ਹੁਣ ਥੋੜ੍ਹੀ ਬਹੁਤ ਪ੍ਰੋਬਲਮ ਗੁਰਦੁਆਰਾ ਸਾਹਿਬ 'ਚ ਪਈ ਆ, ਅਤੇ ਕਮੇਟੀ ਮੈਂਬਰਾਂ ਨੇ ਆ ਕੇ ਜਦੋਂ ਚੈੱਕ ਕੀਤਾ ਤਾਂ ਇੱਥੇ ਇਹ ਮੀਟਰ ਲੱਗਾ ਹੋਇਆ ਸੀ, ਸਮਾਰਟ ਮੀਟਰ, ਪ੍ਰੀਪੇਡ ਮੀਟਰ ਜਿਹਨੂੰ ਕਹਿੰਦੇ ਆ। ਇਹ ਤਾਂ ਹਾਲੇ ਮੰਨ ਨਹੀਂ ਨਾ ਰਹੇ ਕਿ ਪ੍ਰੀਪੇਡ ਮੀਟਰ ਨਹੀਂ ਆ, ਨਹੀਂ ਤਾਂ ਅਸੀਂ ਪ੍ਰੂਫ ਕਰਕੇ ਦਿਖਾ ਦਾਂਗੇ ਕਿੱਦਾਂ ਇਹ ਪ੍ਰੀਪੇਡ ਮੀਟਰ ਆ। ਇਹਦੇ ਵਿੱਚ ਬਕਾਇਦਾ ਚਿੱਪ ਵੀ ਪਊਗੀ, ਜਿਹੜੀ ਚਿੱਪ ਦੀ ਗੱਲ ਕਰਦੇ ਆ, ਆਈ ਐਮ ਈ ਆਈ ਨੰਬਰ ਇਹ 'ਤੇ ਲਿਖਿਆ ਹੋਇਆ, ਥੱਲੇ ਇਹਦੇ ਐਂਟੀਨਾ ਲੱਗਾ ਹੋਇਆ, ਉੱਪਰ ਇਹਦੇ ਕੈਮਰਾ ਲੱਗਾ ਹੋਇਆ, ਸਾਰੀਆਂ ਜਿਹੜੇ ਫੰਕਸ਼ਨ ਹੈ ਇਹਦੇ ਵਿੱਚ ਹੈਗੇ ਆ। ਜੇ ਇਹਨਾਂ ਨੂੰ ਇੰਨੀ ਸੀਗੀ ਪਹਿਲਾਂ ਵੀ ਤਾਂ ਸਮਾਰਟ ਮੀਟਰ ਲਾਏ ਸੀ, ਜਦੋਂ ਪਹਿਲਾਂ ਗਰਾਰੀ ਵਾਲੇ ਮੀਟਰ ਚੱਲਦੇ ਸੀ ਤਾਂ ਸਾਡਾ ਬਿੱਲ ਜਿਹੜਾ ਘਰਾਂ ਦਾ 500-700 ਆਉਂਦਾ ਸੀ, ਜਦੋਂ ਨਾਲ ਹੀ ਇਹਨਾਂ ਨੇ ਡਿਜੀਟਲ ਮੀਟਰ ਲਾਤੇ ਤਾਂ ਸਾਡਾ ਉਹੀ ਬਿੱਲ ਜਿਹੜਾ ਆ 1200-1500 ਰੁਪਏ ਆਉਣ ਲੱਗ ਪਿਆ। ਮੈਨੂੰ ਲੱਗਦਾ ਹੁਣ ਜਦੋਂ ਇਹ ਮੀਟਰ ਲੱਗੇ ਇਹਦੇ ਨਾਲ ਸਾਡਾ ਬਿੱਲ 2000 ਤੋਂ ਘੱਟ ਨਹੀਂ ਆਉਂਦਾ, ਜਿਹਦਾ 1000 ਰੁਪਈਆ ਬਿੱਲ ਆਉਂਦਾ ਆ। ਸੋ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ, ਇਹ ਮੀਟਰ ਦੇ ਬਹੁਤ ਵੱਡੇ ਨੁਕਸਾਨ ਆ। ਜਿਸ ਤਰ੍ਹਾਂ ਅਸੀਂ ਮੋਬਾਈਲ ਰੀਚਾਰਜ ਕਰਦੇ ਹਾਂ, ਜਿਸ ਤਰ੍ਹਾਂ ਆਪਣੀ ਡਿਸ਼ ਰੀਚਾਰਜ ਕਰਦੇ ਹਾਂ, ਉਸੇ ਤਰ੍ਹਾਂ ਇਹਨਾਂ ਨੇ ਇਹ ਮੀਟਰ ਲਾ ਕੇ ਪੂਰੇ ਪੰਜਾਬ ਦੇ ਵਿੱਚ ਇਹਨੂੰ ਇੱਕ ਸਿਸਟਮ ਦੇ ਵਿੱਚ ਲੈ ਕੇ ਆਉਣਾ। ਜਿਹੜੇ ਗਰੀਬ ਕਿਸਾਨ ਜਾਂ ਮਜ਼ਦੂਰ ਆ ਜਿਨ੍ਹਾਂ ਨੂੰ ਅੱਜ ਬਿਜਲੀ ਮੁਆਫ ਆ, ਉਹਨਾਂ ਨੇ ਇਸ ਸਿਸਟਮ ਦੇ ਵਿੱਚ ਲਿਆ ਕੇ ਇਹਨਾਂ ਦੀਆਂ ਯੂਨਿਟਾਂ ਵੀ ਬਿਲਕੁਲ ਮਾਫ਼ ਕਰਨੀਆਂ ਬੰਦ ਕਰ ਦੇਣੀਆਂ। ਜਿਸ ਤਰ੍ਹਾਂ ਏਅਰਟੈੱਲ, ਜੀਓ ਜਾਂ ਹੋਰ ਕੰਪਨੀ ਵਾਲੇ ਅਸੀਂ ਮੋਬਾਈਲ ਜਾਂ ਡਿਸ਼ਾਂ ਦੇ ਵਿੱਚ ਵਰਤਦੇ ਹਾਂ, ਇੱਕੋ ਬਰਾਬਰਤਾ ਦੇ ਨਾਲ ਇਹਨਾਂ ਨੇ ਸਬਸਿਡੀ ਬੰਦ ਕਰਕੇ ਇਹਨਾਂ ਨੂੰ ਸਾਨੂੰ ਰੀਚਾਰਜ ਕਰਨ ਵਾਸਤੇ ਮਜਬੂਰ ਕਰਨਾ। ਜਿੰਨਾ ਕੁ ਅਸੀਂ ਰੀਚਾਰਜ ਕਰ ਲਵਾਂਗੇ ਉਨੀ ਕੁ ਅਸੀਂ ਬਿਜਲੀ ਬਾਲ ਲਵਾਂਗੇ। ਇਹ ਸਾਡਾ ਬਹੁਤ ਵੱਡਾ ਨੁਕਸਾਨ ਆ, ਸਾਰੇ ਲੋਕ ਅਵੇਅਰ ਹੋ ਚੁੱਕੇ ਆ, ਸਾਰੇ ਮਜ਼ਦੂਰ ਵੀ ਸਾਡੇ ਨਾਲ ਇੱਥੇ ਆਏ ਆ, ਕਿਸਾਨ ਵੀ ਆਏ, ਨੌਜਵਾਨ ਵੀ ਅਤੇ ਬਜ਼ੁਰਗ ਵੀ, ਅਸੀਂ ਸਾਰੇ ਇਕੱਠੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਭਾਈ ਹੁਣ ਤਾਂ ਤੁਸੀਂ ਇਹ ਮੀਟਰ ਲਾ ਲਿਆ, ਇਸ ਤੋਂ ਬਾਅਦ ਜੇ ਅਗਰ ਕੋਈ ਮੀਟਰ ਲਾਇਆ ਤਾਂ ਤੁਹਾਡਾ ਅਸੀਂ ਵੱਡੇ ਪੱਧਰ 'ਤੇ ਜਿਹੜਾ ਵਿਰੋਧ ਕਰਾਂਗੇ, ਬਿਜਲੀ ਵਿਭਾਗ ਦਾ ਵਿਰੋਧ ਕਰਾਂਗੇ, ਤਾਂ ਤੁਹਾਡਾ ਪਿੱਟ ਸਿਆਪਾ ਵੀ ਕਰਾਂਗੇ।